ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਅਪਰਾ ਦੇ ਇਲਾਕੇ 'ਚ ਸ਼੍ਰੀ ਗੁਰੂ ਰਵਿਦਾਸ ਨਾਮ ਸੇਵਾ ਸੰਸਥਾ ਵੱਲੋਂ ਦਿੱਲੀ 'ਚ ਸਥਿਤ ਰਵਿਦਾਸ ਮੰਦਰ ਨੂੰ ਢਾਉਣ ਦੇ ਕਰਕੇ ਅਪਰਾ ਦੇ ਮੇਨ ਬਾਜ਼ਾਰ ਵਿੱਚ ਰੋਸ ਮਾਰਚ ਕੀਤਾ ਗਿਆ। ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਕਿਹਾ ਦਿੱਲੀ ਜੋ ਰਵਿਦਾਸ ਮੰਦਰ ਨੂੰ ਢਾਇਆ ਗਿਆ ਹੈ ਉਸਦਾ ਪੁਨਰ ਨਿਰਮਾਣ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਹ ਰੋਸ ਮਾਰਚ ਦਿੱਲੀ ਵਿੱਚ ਰਵਿਦਾਸ ਮੰਦਰ ਨੂੰ ਤੋੜਨ ਸੰਬੰਧੀ ਕੀਤਾ ਗਿਆ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਸਾਡੇ ਧਰਮ ਨਾਲ ਧੱਕੇਸ਼ਾਹੀ ਕਰ ਰਹੀ ਹੈ। ਭਾਜਪਾ ਦੀ ਸਰਕਾਰ ਹੈ, ਉਹਨਾਂ ਨੇ ਸਾਡੇ ਰਹਿਬਰ, ਸਾਡੇ ਗੁਰੂ ਪਿਤਾਮਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਉਹਨਾਂ ਦਾ ਜਿਹੜਾ ਇਤਿਹਾਸ, ਜਿਹਦਾ ਇਤਿਹਾਸ 500 ਸਾਲ ਪੁਰਾਣਾ ਦੱਸਿਆ ਜਾਂਦਾ ਹੈ, ਉਸ ਗੁਰਦੁਆਰਾ ਸਾਹਿਬ ਨੂੰ ਜਿਹੜਾ ਢਾਉਣ ਦੀ ਜਿਹੜੀ ਹਿੰਮਤ ਕੀਤੀ ਹੈ, ਇਹ ਗੁਰਦੁਆਰਾ ਨਹੀਂ ਢਾਇਆ ਗਿਆ ਬਲਕਿ ਜਿੰਨੇ ਵੀ ਮੋਦੀ ਸਰਕਾਰ ਆਈ ਆ, ਇਹ ਦਲਿਤ ਵਿਰੋਧੀ ਸਰਕਾਰ ਆਈ ਆ, ਇਹਨੇ ਇੱਕ ਇੱਕ ਕਰਕੇ ਸਾਡੇ ਸਾਰੇ ਸੰਵਿਧਾਨਕ ਹੱਕ ਖੋਣ ਦੀ ਕੋਸ਼ਿਸ਼ ਕਰ ਰਹੀ ਆ ਔਰ ਹੋਏ ਵੀ ਜਾ ਰਹੇ ਆ। ਜਦੋਂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜੇ ਕਿ ਇਤਿਹਾਸਕ ਮੰਦਰ ਦਿੱਲੀ ਤਵੀਗਾ ਬਾਗ ਦੇ ਵਿੱਚ ਅੱਜ ਸਮੇਂ ਦੀਆਂ ਸਰਕਾਰਾਂ ਦੀ ਸ਼ਾਸਨ ਸਾਹਿਤਾ ਅਧੀਨ ਢਾਇਆ ਗਿਆ ਹੈ, ਉਹ ਸਾਡੇ ਸਮਾਜ ਦੇ ਲਈ ਬੜੀ ਨਾ ਸਹਿਣ ਜੋ ਗੱਲ ਹੈ, ਕਿਉਂਕਿ ਇਹ ਸਮੇਂ ਦੀਆਂ ਸਰਕਾਰਾਂ ਸਾਨੂੰ ਕੱਲੇ ਕੱਲੇ ਕਰਕੇ ਕਦੀ ਕਿਸੇ ਮੁੱਦੇ ਤੇ ਕਦੀ ਕਿਸੇ ਮੁੱਦੇ ਤੇ ਘੇਰਦੀਆਂ ਆ ਔਰ ਸਾਨੂੰ ਮਜਬੂਰਨ ਹੋ ਕੇ ਸੜਕਾਂ ਤੇ ਆਉਣਾ ਪੈਂਦਾ ਆ, ਰੋਸ ਮੁਜ਼ਾਹਰੇ ਕਰਨੇ ਪੈਂਦੇ ਆ, ਧਰਨੇ ਲਾਉਣੇ ਪੈਂਦੇ ਆ।